अस्सलाम वालेकुम यूट्यूब चैनल अफताब सानी खुश आमदीद ते तुसा दे देखो यूट्यूब चैनल अफताब सानी ते आज मैं वीडियो बनाना पिया साडे कोल टोयोटा हाइएस लो रूफ है ते ओदी जेड़ी है अपना एम्बुलेंस बन के आई है ते वीडियो शुरू करण तो पहले अगर तुसा सारा चैनल सब्सक्राइब कोनी नहीं कीता ते सब्सक्राइब लाज़मी कर गेनो ते वीडियो नु लाइक कर गेनो ते हुन असा वीडियो शुरू करेने है एह एम्बुलेंस टोयोटा हाइएस 2.7 एदी फ्रंट प्रोफाइल है ते फ्रंट प्रोफाइल तो बाद असा इहदा इंटीरियर चेक करीने इंटीरियर दे विच जनाब हार्ड प्लास्टिक लगी हुई सारी ते मिरर हैंडल डोर हैंडल चाबी एंट्री है कोई स्मार्ट एंट्री नहीं आउंदी इन गड्डियां दे विच एयरबैग दो आंदे ने इहदे विच सेफ्टी फीचर जेड़े सीट्स जेड़ियां फैब्रिक्स आंदियां ने इहदे विच त्रै बंदे बैठ सकते हैं सेंट्रल सीट भी है एक बंदा उदू ड्राइवर तो सेंट्रल बंदा उस तो बाद अच्छा ए है दा गियर लीवर उस तो बाद एसी दे कंट्रोल ते ए वायरलेस ते वीडियो दिखांदा बैठा और के कंट्रोल देखदा मैं ना लेता बैठा वीडियो दसांदा बैठा व्यूअर्स नु ਇਹ ਦੇ ਉੱਤੇ ਜਿਹੜੇ ਹੂਟਰ ਲੱਗੇ ਹੁੰਦੇ ਨਾ ਸਾਰੀ ਜ਼ਬਾਨ 'ਚ ਹੂਟਰ ਆਦੇ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਆਨ ਆਫ ਕਰਨ ਵਾਸਤੇ ਅਤੇ ਇਹ ਦੇ ਬਟਨ ਸਿਸਟਮ ਫੰਕਸ਼ਨ ਹੈ ਇਹਦੀ ਹੈਂਡ ਬ੍ਰੇਕ ਆਉਂਦੀ ਹੈ ਅੱਛਾ ਇਹ ਠੀਕ ਹੈ ਵੀਵਰਸ ਇਹਦਾ ਇੰਟੀਰੀਅਰ ਅਤੇ ਹੁਣ ਅਸਾਂ ਵੇਂਦੇ ਹਾਂ ਪਿਛਲੀ ਸਾਈਡ 'ਤੇ ਚੈੱਕ ਕਰੀਨੇ ਕਿਹੜੀ ਕਿਹੜੀ ਸਮਾਨ ਅਵੇਲੇਬਲ ਹੈ ਇਸ ਨੂੰ ਰੋਕ ਇੱਥੇ ਇਹਦੇ ਥੱਲੇ ਲਾਕ ਲੱਗਾ ਉਹ ਲਾਕ ਫਸ ਗਿਆ ਜੀ ਠੀਕ ਅੱਛਾ ਵੀਵਰਸ ਇਹ ਇੰਟੀਰੀਅਰ ਐਂਬੂਲੈਂਸ ਡਿਜ਼ਾਈਨ ਜਿਹੜੀ ਹੋ ਕੇ ਆਈ ਹੈ ਅੱਲਾਹ ਤਾਲਾ ਦੇਵੇ ਮਾਫ਼ੀ ਐਂਬੂਲੈਂਸ ਜਿਹੜੀ ਹੈ ਬਸ ਬੰਦਾ ਜ਼ਖਮੀ ਥੀ ਵਜੇ ਬੰਦਾ ਮਰ ਵਜੇ ਠੀਕ ਅੱਛਾ ਸਭ ਤੋਂ ਪਹਿਲੇ ਅਸਾਂ ਜਨਾਬ ਇਹਦੇ ਇੰਟਰ ਥੀ ਵੇ ਅੰਦਰ ਅੱਛਾ ਇਹ ਜਨਾਬ ਇਹਦਾ ਸਟਰੈਚਰ ਸਟਰੈਚਰ ਤੋਂ ਉਸ ਤੋਂ ਬਾਅਦ ਫਾਈਬਰ ਬੈਂਚ ਆਉਂਦਾ ਉਸ ਤੋਂ ਬਾਅਦ ਇਹਦੇ ਵਿੱਚ ਜਨਾਬ ਇਹ ਡਸਟਬੀਨ ਆ ਵੇਂਦੀ ਅੱਛਾ ਹੋਰ ਮਜ਼ੀਦ ਇੱਥੇ ਬਹਿ ਕੇ ਤੇ ਚੈੱਕ ਕਰੀਨੇ ਅੰਦਰ ਹਾਂ ਇਹ ਆਕਸੀਜਨ ਸਿਲੰਡਰ ਠੀਕ ਹੈ ਜੀ ਉਸ ਤੋਂ ਬਾਅਦ ਜਨਾਬ ਇਹ ਡਰਾਸ ਇੱਥੇ ਮੈਡੀਕਲ ਕਿੱਟਸ ਵਗੈਰਾ ਰੱਖਣ ਵਾਸਤੇ ਜਿਹੜਾ ਨਾ ਇਸਤੇਮਾਲ ਥੀਨੀ ਹੈ ਉਸ ਤੋਂ ਬਾਅਦ ਨੀਡਲ ਸਰਿੰਜ ਕਟਰ ਇਹਦੇ ਵਿੱਚ ਆਉਂਦੀ ਹੈ ਠੀਕ ਹੈ ਉਸ ਤੋਂ ਬਾਅਦ ਜਨਾਬ ਵਾਟਰ ਵਾਟਰ ਟੇਪ ਅਤੇ ਇਹ ਜਨਾਬ ਵਿੱਚ ਸਿੰਕ ਵੀ ਲੱਗਾ ਹੋਇਆ ਜਨਾਬ ਟਿਸ਼ੂ ਪੇਪਰ ਦੇ ਨਾਲ ਜਨਾਬ ਤੁਹਾਡਾ ਸੈਨੀਟਾਈਜ਼ਰ ਅਤੇ ਸ਼ੈਂਪੂ ਕੋਈ ਵੀ ਚੀਜ਼ ਰੱਖ ਸਕਦੇ ਹੋ ਇਹ ਆਕਸੀਜਨ ਪੰਪ ਅਤੇ ਇਹ ਆਕਸੀਜਨ ਜਿਹੜੀ ਸਪਲਾਈ ਕਰੀ ਨੇ ਅਤੇ ਮਰੀਜ਼ ਨੂੰ ਐਮਰਜੈਂਸੀ ਸੂਰਤ 'ਚ ਲੈਣੇ ਸਹੀ ਗੱਲ ਇਹ ਦੇਖ ਸਕਦੇ ਹੋ ਹਾਂ ਇਹ ਬੈਂਚ ਇਹ ਵੀਵਰਸ ਬਲੱਡ ਪ੍ਰੈਸ਼ਰ ਵਾਲਾ ਮੀਟਰ ਇਹ ਜਿਸ ਟਾਈਮ ਲੈਣੇ ਅਤੇ ਬਲੱਡ ਪ੍ਰੈਸ਼ਰ ਚੈੱਕ ਕਰਨੇ ਇਹ ਉੱਤੇ ਜਨਾਬ ਇੱਕ ਲਾਈਟ ਵੀ ਲੱਗੀ ਹੋਈ ਹੈ ਠੀਕ ਹੈ ਉਸ ਤੋਂ ਬਾਅਦ 220 ਵੋਲਟ ਦੇ ਸਾਕਟ ਵੀ ਲੱਗੇ ਹੋਏ ਨਾ ਬਾਹਰ ਵੀ ਲੱਗਾ ਹੋਇਆ ਕਿਟਸ ਸਾਰੀ ਅਵੇਲੇਬਲ ਹੁੰਦੀਆਂ ਨੇ ਇਹਦੇ ਵਿੱਚ ਜਿਹੜੀ ਫਸਟ ਏਡ ਜਿਹੜੀਆਂ ਹੁੰਦੀਆਂ ਨੇ ਬੈਗ ਵੀ ਹੈ ਬੈਗ ਦੇ ਵਿੱਚ ਕੁਝ ਚੀਜ਼ਾਂ ਸ਼ਾਮਿਲ ਹਨ ਇੱਕ ਬਾਕਸ ਵੀ ਹੈ ਠੀਕ ਇਹ ਵੀ ਇੱਕ ਬਾਕਸ ਹੈ ਉਸ ਤੋਂ ਬਾਅਦ ਜਨਾਬ ਇਹ ਇਹਦੀ ਰੂਫ ਹੈ ਇਸ ਤਰ੍ਹਾਂ ਕੋਈ ਡਿਜ਼ਾਈਨ ਕੀਤੀ ਗਈ ਉਮੀਦ ਕਰੇਨਾ ਕਿ ਵੀਡੀਓ ਤੁਹਾਨੂੰ ਪਸੰਦ ਆ ਸੀ ਅਤੇ ਵੀਡੀਓ ਨੂੰ ਲਾਈਕ ਕਰਾਇਆ ਅਤੇ ਲਾਜ਼ਮੀ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਅਤੇ ਆਪਣਾ ਖਿਆਲ ਰੱਖਿਆ ਇੰਜ ਅੱਲਾ ਹਾਫਿਜ਼